ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਦੀ ਇਨਫੋਰਮੇਸ਼ਨ ਤੁਹਾਡੇ ਲਈ ਜਿਹੜੀ ਲੈ ਕੇ ਆਏ ਆਂ ਜੀ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਕਾਫੀ ਸਾਰੇ ਕੈਂਡੀਡੇਟਸ ਜਿਹੜੇ ਨੇ ਪੁੱਛਦੇ ਰਹਿੰਦੇ ਨੇ ਸਰ ਪੰਜਾਬ ਦੇ ਵਿੱਚ ਲੇਟੈਸਟ ਵੈਕੈਂਸੀਜ਼ ਕਦੋਂ ਆਣਗੀਆਂ ਸੋ ਆਂਗਣਵਾੜੀ ਦੇ ਵਿੱਚ ਜਿਹੜੀਆਂ ਨੇ 5000 ਪਲੱਸ ਵੈਕੈਂਸੀਜ਼ ਦਾ ਅਪਡੇਟ ਜਿਹੜਾ ਜੀ ਆ ਚੁੱਕਾ ਹੈ ਕੀ ਅਪਡੇਟ ਹੈ ਕਿਹੜੇ ਕਿਹੜੇ ਕੈਂਡੀਡੇਟ ਐਲੀਜੀਬਲ ਹੋਣਗੇ ਕਦੋਂ ਨੋਟੀਫਿਕੇਸ਼ਨ ਆਊਟ ਹੋ ਜਾਵੇਗਾ ਅਪਲਾਈ ਕਰਨਾ ਕਦੋਂ ਤੋਂ ਸਟਾਰਟ ਹੋਊਗਾ ਪੂਰੀ ਜਾਣਕਾਰੀ ਮੈਂ ਅੱ ਲੈ ਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਲੇਟੈਸਟ ਰਿਕਰੂਟਮੈਂਟ ਅਪਡੇਟਸ ਲਈ ਜੁੜੇ ਰਹਿਣਾ ਜ਼ਰੂਰੀ ਹੈ ਹਰ ਇੱਕ ਅਪਡੇਟ ਨੂੰ ਸਭ ਤੋਂ ਪਹਿਲਾਂ ਪਹੁੰਚਦੇ ਨੇ ਸੋ ਅਸੀਂ ਤੁਹਾਡੇ ਲਈ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਲੈ ਕੇ ਆਉਂਦੇ ਹਾਂ ਤਾਂ ਸਾਡੀ ਵੈਬਸਾਈਟ meedacademy.xyz ਤੇ ਜਾ ਕੇ ਤੁਸੀਂ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਬਾਕੀ ਤੁਹਾਡਾ ਕੋਈ ਕੁਐਸਚਨ ਹੁੰਦਾ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਕ ਅਪਡੇਟ ਕਰ ਦਿੰਨੇ ਤੇ ਬਾਕੀ ਅਸੀਂ ਜਿਹੜੇ ਮੌਕ ਟੈਸਟ ਤੁਹਾਡੇ ਲਈ ਜਰੂਰ ਅਵੇਲੇਬਲ ਕਰਾਵਾਂਗੇ ਉਹਦੇ ਲਈ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਵੇਗਾ ਮੈਂ ਇੱਕ ਲਿੰਕ ਦੇ ਦਵਾਂਗਾ ਤੁਹਾਨੂੰ ਉੱਥੇ ਤੁਸੀਂ ਆਪਣੀ ਮੌਕ ਟੈਸਟ ਪ੍ਰੈਕਟਿਸ ਟੀਡੀ ਕਰ ਸਕਦੇ ਹੋ ਕਿਸੇ ਵੀ ਗਵਰਨਮੈਂਟ ਜੌਬ ਦੀ ਅਗਰ ਤੁਸੀਂ ਤਿਆਰੀ ਕਰ ਰਹੇ ਹੋ ਤੇ ਚਲੋ ਚੱਲਦੇ ਹਾਂ ਜੀ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਨੂੰ ਸ਼ੇਅਰ ਕਰ ਦਿੰਦੇ ਜੀ ਸਭ ਤੋਂ ਪਹਿਲਾਂ ਅਗਰ ਅਸੀਂ ਗੱਲ ਕਰੀਏ ਇਹ ਜਿਹੜਾ ਅਪਡੇਟ ਆ ਰਿਹਾ ਜੀ ਇਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੇ ਆਂਗਣਵਾੜੀ ਜਿਹੜੇ ਮੰਤਰੀ ਨੇ ਸਾਡੇ ਜਿਹੜੀ ਕਿ ਡਾਕਟਰ ਬਲਜੀਤ ਕੌਰ ਨੇ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਇਸ ਦੇ ਵਿੱਚ 1000 ਨਵੇਂ ਆਂਗਣਵਾੜੀ ਜਿਹੜੇ ਸੈਂਟਰਸ ਨੇ ਉਹ ਖੋਲੇ ਜਾਣਗੇ ਪਲੱਸ ਇਸੇ ਦੇ ਨਾਲ ਨਾਲ ਜਿਹੜੇ ਪੁਰਾਣੇ ਆਂਗਣਵਾੜੀ ਸੈਂਟਰ ਨੇ ਉਹਨਾਂ ਨੂੰ ਵੀ ਜਿਹੜਾ ਉਹ ਮੁਰੰਮਤ ਕਰਾਈ ਜਾਵੇਗੀ ਔਰ ਇਸੇ ਦੇ ਨਾਲ ਉਹਨਾਂ ਨੇ ਕਿਹਾ ਕਿ 6000 ਜਿਹੜੇ ਆਂਗਣਵਾੜੀ ਵਰਕਰ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਦੀ ਪ੍ਰਕਿਰਿਆ ਵੀ ਉਹ ਜਲਦ ਹੀ ਮੁਕੰਮਲ ਕਰ ਦਿੱਤੀ ਜਾਵੇਗੀ ਜਿਹੜ ਤੈਨੂੰ ਪਤਾ ਹੈ ਅਗਰ 1000 ਨਵੇਂ ਸੈਂਟਰ ਖੋਲੇ ਜਾਣਗੇ ਤਾਂ ਉਸ ਦੇ ਵਿੱਚ ਵੈਕੈਂਸੀਜ਼ ਵੀ ਜਿਹੜੀਆਂ ਨੇ ਉਹ ਕੱਢੀਆਂ ਜਾਣਗੀਆਂ ਠੀਕ ਹੈ ਜੀ ਜਿਸ ਦੇ ਲਈ ਨਵੇਂ ਜਿਹੜੇ ਆਪਣੇ ਕਹਿ ਸਕਦੇ ਹਾਂ ਕਿ ਆਪਾਂ ਰਿਕਰੂਟਮੈਂਟ ਦੇ ਮੌਕੇ ਜਿਹੜੇ ਨੇ ਸਾਡੇ ਲਈ ਨਿਕਲ ਕੇ ਆਉਣਗੇ ਸੋ ਇਸ ਦੇ ਵਿੱਚ ਜਿਹੜੀਆਂ ਵੀ ਵੈਕੈਂਸੀਜ਼ ਨੇ ਉਹ ਅਪਕਮਿੰਗ ਮਤਲਬ ਜਿਹੜੀਆਂ ਆਣਗੀਆਂ ਆਂਗਣਵਾੜੀ ਵਰਕਰ ਮਿੰਨੀ ਆਂਗਣਵਾੜੀ ਵਰਕਰ ਦੀਆਂ ਵੈਕੈਂਸੀਜ਼ ਹੋਣਗੀਆਂ ਸੁਪਰਵਾਈਜ਼ਰ ਦੀਆਂ ਵੈਕੈਂਸੀਜ਼ ਹੋਣਗੀਆਂ ਉਹ ਜਲਦੀ ਹੀ ਆਊਟ ਹੋਣਗੀਆਂ ਠੀਕ ਹੈ ਜੀ 2023 ਦੇ ਵਿੱਚ ਤੁਸੀਂ ਇਹ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਜਿਹੜਾ ਕਿ 5000 ਪਲੱਸ ਵ ਠੀਕ ਹੈ ਜੀ ਸੋ ਤੁਹਾਨੂੰ ਪਹਿਲਾਂ ਵੀ ਪਤਾ ਹੈ ਅਪਡੇਟ ਪਹਿਲਾਂ ਵੀ ਦਿੱਤਾ ਸੀਗਾ ਜਿਹੜੇ ਸਾਡੇ ਜਿਹੜੇ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਮੰਤਰੀ ਡਿਰੈਕਟਰ ਬਲਜੀਤ ਕੌਰ ਹਨ ਦੱਸਿਆ ਸੀਗਾ ਕਿ 5000 ਤੇ ਪ੍ਰੋਕਸ ਜਿਹੜੀਆਂ ਵੈਕੈਂਸੀਜ਼ ਨੇ ਉਹ ਹੋਰ ਆਊਟ ਹੋਣੀਆਂ ਨੇ ਜੋ ਕਿ ਭੋਗੰਤਬਾਨ ਸਰਕਾਰ ਦੇ ਅੰਡਰ ਆਊਟ ਹੋਣਗੀਆਂ ਤੇ ਕਲੋਜ਼ ਵੀ ਹੋ ਜਾਣਗੀਆਂ ਇਸੇ ਸਾਲ ਸੋ ਤੁਸੀਂ ਇਹ ਐਕਸਪੈਕਟ ਕਰ ਸਕਦੇ ਹੋ 5700 ਪਲੱਸ ਵੈਕੈਂਸੀਜ਼ ਜਿਹੜੀਆਂ ਨੇ ਆਊਟ ਹੋਣਗੀਆਂ ਤੇ ਪ੍ਰਾਣੀਆਂ ਜਿਹੜੀਆਂ ক্লোਜ਼ਰ ਵਿੱਚ ਪਈਆਂ ਹੋਈਆਂ ਨੇ ਅਲ ਕਲੋਜ਼ ਨਹੀਂ ਹੋਈਆਂ ਉਹਨਾਂ ਦੀ ਵੀ ਪ੍ਰੀਖਿਆ ਜਲਦ ਤੋਂ ਜਲਦ ਜਿਹੜੀ ਹੈ ਉਹ ਕਰਵਾਈ ਜਾਵੇਗੀ ਸੋ ਇਸ ਦੇ ਵਿੱਚ ਉਹਨਾਂ ਨੇ ਇਹ ਕਿ ਦੀ ਕਲੋਜ਼ ਕਰਨਗੇ ਤੇ ਅਪਕਮਿੰਗ ਵੈਕੈਂਸੀਸ ਦੇ ਲਈ ਵੀ ਉਹਨਾਂ ਨੇ ਆਪਣਾ ਅਪਡੇਟ ਜਿਹੜਾ ਹੈ ਉਹ ਦਿੱਤਾ ਹੈ ਸੋ ਇਹ ਜਿਹੜਾ ਅਪਡੇਟ ਹੈ ਉਹਨਾਂ 29 ਜੂਨ ਨੂੰ ਜਿਹੜਾ ਹੈ ਆਪਣੀ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਹੈ ਇਸ ਚੀਜ਼ ਦੇ ਬਾਰੇ ਵਿੱਚ ਸੋ ਜਿਹੜੇ ਕੈਂਡੀਡੇਟ ਨੇ ਜਿਹੜੇ ਅੰਗਨਵਾੜੀ ਮਿੰਨੀ ਅੰਗਨਵਾੜੀ ਵਰਕਰ ਜਾਂ ਸੁਪਰਵਾਈਜ਼ਰ ਦੀ ਵੈਕੈਂਸੀ ਲਈ ਅਪਲਾਈ ਕਰਨਾ ਚਾਹੁੰਦੇ ਨੇ ਜਾਂ ਵੈਕੈਂਸੀ ਚਾਹੁੰਦੇ ਨੇ ਤਾਂ ਉਹ ਆਪਣੀ ਜਰੂਰ ਤਿਆਰੀ ਪਹਿਲਾਂ ਤੋਂ ਹੀ ਪੱਕੀ ਰੱਖਣ ਠੀਕ ਹੈ ਜੀ ਸੋ ਬਾਕੀ ਜਿਹੜੇ ਵੀ ਅਪਡੇਟ ਆਉਂਦੇ ਰਹਿਣਗੇ ਮੈਂ ਤੁਹਾਡੇ ਤੱਕ ਪਹੁੰਚਾਉਂਦਾ ਰਾਵਾਂਗਾ ਇਹ ਜਿਹੜੀ ਵੈਕੈਂਸੀਸ ਦਾ ਅਪਡੇਟ ਹੈ ਇਹ ਉਹਨਾਂ ਨੇ ਨੂੰ ਚੈੱਕ ਕਰ ਲਿਓ ਸੋ ਇਹ ਅੱਜ ਦਾ ਅਪਡੇਟ ਸੀਗਾ ਜਿਹੜਾ ਆਂਗਣਵਾਲੀ ਵਰਕਰ ਨੂੰ ਲੈ ਕੇ ਆ ਗਏ ਆ ਜੀ ਬਾਕੀ ਹੋਰ ਕੋਈ ਅਪਡੇਟ ਆਂਦਾ ਜਾਏਗਾ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਦਾ ਜਾਵਾਂਗਾ ਸੋ ਸਿਰੂ ਜੁੜੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਰੱਖਿਓ ਤੇ ਵੈਬਸਾਈਟ ਤੇ ਜ਼ਰੂਰ ਵਿਜ਼ਿਟ ਕਰਿਓ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ